ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਚਾਵਾ ਨਾਲ ਨਾਰਕੇ ਪਿੰਡਾਇ 12 ਸਾਲ ਦੇ ਬੱਚੇ ਨੂੰ ਮਿਲੀ ਇਸ ਤਰ੍ਹਾਂ ਦੀ ਮੌਤ ਸ਼ਾਈ ਸਾਰੇ ਪਿੰਡ ਚ ਸੋਗ ਦੀ ਲਹਿਰ ਅੱਜ ਦਾ ਅਜਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚ ਹੈ ਅਥੇ ਕਿ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ कोरोना ਕਾਰਨ ਜਿੱਤੇ ਦੇਸ਼ ਭਾਰ ਵਿੱਚ ਬਹੁਤ ਸਾਰੀਆਂ ਜਾਣ ਨਾ ਜਾ ਰੀਆਂ ਹੋਤੀ ਰੋਜ਼ਾਨਾ ਹੋਣ ਵਾਲੀਆਂ ਕਟਨਾਵਾਂ ਵੀ ਕਾਫੀ ਨੁਕਸਾਨ ਹੋ ਗਿਆ ਹੈ ਆਏ ਦਿਨ ਡਿੜਕਟਨਾਵਾ ਵਿੱਚ ਮੋਤਾ ਹੋਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਸਰਕਾਰ ਦੀਆਂ ਇਹਨਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਆਏ ਦਿਨ ਕੋਈ ਨਾ ਕੋਈ ਸੜਕਾ ਹਸਾ ਵਾਪਰ ਜਾਂਦਾ ਹੈ ਅੱਜ ਹੀ ਇੱਕ ਖਬਰ ਪਾਤੜਾ ਰੋੜਤੇ ਹੋਏ ਇੱਕ ਪਿਆਣ ਖਾਸੇ ਤੋਂ ਸਾਹਮਣੇ ਆਈ ਜਿਸ ਦੇ ਅਨੁਸਾਰ 12 ਸਾਲਾ ਦੇ ਬੱਚੇ ਆਕਾਸ਼ਦੀਪਾਸ਼ੂ ਦੀ ਇਕ ਪਾਰੀ ਵਾਹਨ ਦੇ ਥੱਲੇ ਆਉਣ ਦੇ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਆਕਾਸ਼ ਦੀ ਪਾਸ਼ੂ ਪੁੱਤਰ ਦਰਮਿੰਦਰ ਸਿੰਘ ਜੋ ਕਿ ਬਰਨਾਲਾ ਦੇ ਰਹਿਣ ਵਾਲਾ ਸੀ ਉਹ ਮੁਰਦਾਬਾਦ ਆਪਣੇ ਨਾਨਕੇ ਪਿੰਡ ਗਿਆ ਹੋਇਆ ਸੀ। ਪਾਤੜਾੜੌਰ ਤੇ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਆਇਓ ਤੇ ਉਸਦੇ ਮਾਮੇ ਦਾ 18 ਸਾਲ ਦਾ ਲੜਕਾ ਡਿੰਪਲ ਪੁੱਤਰ ਗਰਜਨ ਸਿੰਘ ਵਾਪਸ ਆ ਰਿਹਾ ਸੀ। ਰਸਤੇ ਵਿੱਚ ਉਹਨਾਂ ਦੇ ਬੁੱਲ ਦੀ ਟੱਕਰ ਸੈਲਫ ਸੇਫਟੀ ਟੈਂਕ ਦੇ ਨਾਲ ਆ ਰਹੇ ਟਰੈਕਟਰ ਦੇ ਨਾਲ ਹੋ ਗਈ ਜਿਸ ਕਾਰਨ ਆਸ਼ੂ ਦੀ ਮੌਕੇ ਤੇ ਮੌਤ ਹੋ ਗਈ ਤੇ ਡਿੰਪਲ ਕਾਫੀ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਲੋਕਾਂ ਦੁਆਰਾ ਜ਼ਖਮੀ ਚਾਲਕ ਨੂੰ ਸਮਾਣਾ ਦੇ ਸਿਵਲ ਹਸਪਤਲ ਚ ਲਜਾਇਆ ਗਿਆ ਜਿੱਥੇ ਡਾਕਟਰਾਂ ਦੁਆਰਾ ਉਸ ਨੂੰ ਫਰਸਟ ਏਡ ਪ੍ਰਦਾਨ ਕਰਕੇ ਹਸਪਤਲ ਭੇਜ ਦਿੱਤਾ ਗਿਆ ਖਬਰ ਨੂੰ ਲਾਸਟ ਤੱਕ ਦੇਖਣ ਲਈ